ਲੁਧਿਆਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਬੈਠਕ ਕਰ ਪ੍ਰੈਸ ਮੀਟਿੰਗ ਕੀਤੀ ਗਈ, ਜਿਸ ਵਿੱਚ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਸੰਧੂ ਨੂੰ ਸ਼ਾਮਿਲ ਕੀਤਾ ਗਿਆ। ਇਸ ਦੌਰਾਨ ਪਾਰਟੀ ਦੇ ਸੀਨੀਅਰ ਨੇਤਾ ਸੇਵਾ ਸਿੰਘ ਸੇਖਵਾ ਵੱਲੋਂ ਮੀਡੀਆ ਦੇ ਰੂਬਰੂ ਹੋ ਜਾਣਕਾਰੀ ਦਿੱਤੀ ਗਈ। ਪਾਰਟੀ ਦੇ ਸੀਨੀਅਰ ਨੇਤਾ ਸੇਵਾ ਸਿੰਘ ਸੇਖਵਾ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਨਵੇਂ ਅਹੁਦੇਦਾਰਾਂ ਦੀ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਨੇ। ਉੱਥੇ ਉਹਨਾਂ ਨੇ ਅਕਾਲੀ ਦਲ ਬਾਦਲ ਦੇ ਵੀ ਖੂਬ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸੁਖਬੀਰ ਬਾਦਲ ਦੇ ਕਾਰਨ ਹੀ ਅਕਾਲੀ ਦਲ ਤੀਜੇ ਨੰਬਰ ਤੇ ਆਇਆ ਹੈ। ਅਸੀਂ ਕੋਈ ਪਾਰਟੀ ਛੱਡੀ ਨਹੀਂ, ਅਸੀਂ ਸ਼੍ਰੋਮਣੀ ਅਕਾਲੀ ਦਲ ਹੀ ਹਾਂ ਔਰ ਮਰਦੇ ਦਮ ਤੱਕ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਰਹਿਣਾ। ਅਸੀਂ ਬਾਦਲ ਨੂੰ ਛੱਡਿਆ, ਬਾਦਲ ਪਰਿਵਾਰ ਨੂੰ ਛੱਡਿਆ, ਜਿਨ੍ਹਾਂ ਨੇ ਸਿੱਖ ਸਿਧਾਂਤਾਂ ਦਾ ਧਾਰਨ ਕੀਤਾ ਹੈ, ਜਿਨ੍ਹਾਂ ਨੇ ਆਪਣੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਧਾਰਨ ਕੀਤਾ, ਉਸ ਚੇਅਰ ਦਾ ਅਪਮਾਨ ਕੀਤਾ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਆਸੀਕਰਨ ਕੀਤਾ ਆ, ਅਕਾਲੀ ਦਲ ਦਾ ਉਹ ਹਸ਼ਰ ਕੀਤਾ ਜਿਹੜਾ ਅੱਜ ਤੱਕ ਕਦੀ ਨਹੀਂ ਹੋਇਆ। ਰਾਜ ਭਾਗ ਕਰਨ ਵਾਲੀ ਪਾਰਟੀ ਤੀਸਰੇ ਨੰਬਰ 'ਤੇ ਆਵੇ ਅਤੇ 117 'ਚੋਂ 15 ਸੀਟਾਂ 'ਤੇ ਸਿਮਰ ਜਾਵੇ, ਇਹ ਹਾਲ ਕੀਤਾ ਬਾਦਲ ਦਲ ਨੇ। ਫਿਰ ਅਸੀਂ ਪਹਿਲਾਂ ਪਾਰਟੀ ਦੇ ਵਿੱਚ ਰਹਿ ਕੇ ਲੜਾਈ ਲੜੀ ਕਿ ਤੁਸੀਂ ਗੈਰ ਸਿਧਾਂਤਕ ਗੱਲਾਂ ਕਰ ਰਹੇ ਹੋ, ਪਾਰਟੀ ਮਰ ਜਾਏਗੀ। ਜਦੋਂ ਉਹਨਾਂ ਨੇ ਸਾਡੀ ਗੱਲ ਨਹੀਂ ਮੰਨੀ, ਫਿਰ ਉਹਨਾਂ ਸਿਧਾਂਤਾਂ ਨੂੰ ਕਾਇਮ ਰੱਖਣ ਵਾਸਤੇ ਅੱਜ ਅਸੀਂ ਅਕਾਲੀ ਦਲ ਟਕਸਾਲੀ ਬਣਾ ਕੇ ਲੜਾਈ ਲੜ, ਤਾਂ ਕਿ ਅਕਾਲੀ ਦਲ ਨਾ ਮਰ ਜਾਏ। ਅਕਾਲੀ ਦਲ ਦਾ ਇੱਕ ਸ਼ਾਨਾ ਮੱਟਾ ਇਤਿਹਾਸ ਹੈ ਅਤੇ ਸ਼ਹੀਦਾਂ ਦੀ ਜਥੇਬੰਦੀ ਹੈ, ਸ਼ਹੀਦਾਂ ਦੀ ਖੂਨ 'ਤੇ ਬਣੀ ਆਪਣੇ ਜਥੇਬੰਦੀ ਆ। ਅਸੀਂ ਅਕਾਲੀ ਦਲ ਨਹੀਂ ਮਰਨ ਦੇਣਾ ਕਦੀ ਵੀ ਪੰਜਾਬ ਵਿੱਚੋਂ, ਇਹੀ ਸਾਡੀ ਲੜਾਈ। ਉੱਥੇ ਹੀ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਟਿਕਟ ਦਿੱਤੇ ਜਾਣ ਤੇ ਉਹਨਾਂ ਬੀਬੀ ਜਗੀਰ ਕੌਰ ਤੇ ਕਈ ਸ਼ਬਦੀ ਵਾਰ ਕੀਤੇ। ਜਨਰਲ ਜੇ ਜੇ ਸਿੰਘ ਉਹਨਾਂ ਦੇ ਮੁਕਾਬਲੇ ਤੇ ਸਾਡੇ ਉਮੀਦਵਾਰ ਨੇ, ਲੇਕਿਨ ਮੈਂ ਸਮਝਣਾ ਬਾਦਲ ਦਲ ਨੇ ਇੱਕ ਕੁੜੀ ਮਾਰ ਨੂੰ ਟਿਕਟ ਦਿੱਤੀ ਆ, ਜਿਹਦਾ ਸਿੱਖੀ ਵਿੱਚ ਕੁੜੀ ਮਾਰ ਲੜੀ ਮਾਰਨਾ ਕੋਈ ਸਿੱਖ ਨਾਤਾ ਹੀ ਨਹੀਂ ਰੱਖ ਸਕਦਾ, ਅਤੇ ਉਹਨੂੰ ਪਾਰਲੀਮੈਂਟ ਦੀ ਟਿਕਟ ਦੇ ਕੇ ਜਿਤਾਉਣ ਦੀ ਕੋਸ਼ਿਸ਼ ਕਰਨੀ, ਇਹ ਸਿੱਖ ਸਿਧਾਂਤਾਂ ਦੀ ਅਵੱਗਿਆ ਹੈ। ਔਰ ਮੈਂ ਤਾਂ ਇੱਥੋਂ ਤੱਕ ਕਹੂੰਗਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਇਹਦੇ ਵਿੱਚ ਇੰਟਰਵੀਨ ਕਰਨਾ ਚਾਹੀਦਾ, ਔਰ ਅਕਾਲੀ ਦਲ ਦਾ ਪ੍ਰਧਾਨ ਜਿਹਨੇ ਇਹਦੀ ਘੋਸ਼ਣਾ ਕੀਤੀ ਹੈ ਉਹਨੂੰ ਅਕਾਲ ਤਖ਼ਤ ਤੇ ਆਪਣੇ ਤਲਬ ਕਰਨਾ ਚਾਹੀਦਾ। ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਤੇ ਉਹਨਾਂ ਤੰਜ ਕਰਦਿਆਂ ਕਿਹਾ ਕਿ ਸਿਰਸਾ ਦਿੱਲੀ ਵਿੱਚ ਬੀਜੇਪੀ ਦੇ ਵਿਧਾਇਕ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਆਰਐਸਐਸ ਦੇ ਇਸ਼ਾਰਿਆਂ ਤੇ ਚੱਲਦੇ ਹੋਏ ਗੁਰਦੁਆਰਿਆਂ ਦੀ ਕਮਾਨ ਸਿਰਸਾ ਨੂੰ ਸੌਂਪ ਰਹੀ ਹੈ, ਕਿਉਂਕਿ ਸਿਰਸਾ ਬੀਜੇਪੀ ਦੇ ਵਿਧਾਇਕ ਹਨ। ਮਨਜਿੰਦਰ ਸਿੰਘ ਸਿਰਸਾ ਜਿਹੜਾ ਇੱਕ ਪਤਕ ਸਿੱਖ ਆ, ਉਹਨੂੰ ਤੇ ਮੈਂਬਰ ਨਹੀਂ ਹੀ ਬਣਾਉਣਾ ਚਾਹੀਦਾ। ਇਹਨਾਂ ਨੇ ਜਿਹੜੇ ਸਾਡੀਆਂ ਸਿੱਖ ਸੰਸਥਾਵਾਂ ਨੇ, ਬਾਦਲ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਜ਼ੂਰ ਸਾਹਿਬ, ਇਹ ਸਾਰੀਆਂ ਸੰਸਥਾਵਾਂ ਬੀਜੇਪੀ ਦੇ ਰਾਹੀਂ ਆਰਐਸਐਸ ਨੂੰ ਦੇ ਦਿੱਤੀਆਂ ਨੇ। ਆਮ ਆਦਮੀ ਪਾਰਟੀ ਦੇ ਨਾਲ ਚੱਲ ਰਹੀ ਗਠਬੰਧਨ ਦੀ ਗੱਲ ਨੂੰ ਲੈ ਕੇ ਉਹਨਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਪਾਰਟੀ ਨਾਲ ਗਠਬੰਧਨ ਨਹੀਂ ਹੋ ਪਾਇਆ ਹੈ। ਉਹਨਾਂ ਕਿਹਾ ਕਿ ਉਹ ਆਪਣੇ ਦਮ ਤੇ ਹੀ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਨਗੇ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਇਹ ਕੋਸ਼ਿਸ਼ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਖਾਹਿਸ਼ ਮੁਤਾਬਕ ਤੀਸਰਾ ਬਦਲ ਜਿਹੜਾ ਪੰਜਾਬ ਵਿੱਚ ਦੇਈਏ, ਜਿਹਦੇ ਵਾਸਤੇ ਅਸੀਂ ਯਤਨ ਕੀਤੇ ਆ। 4-5 ਮੀਟਿੰਗਾਂ ਅਸੀਂ ਪੰਜਾਬ ਡੈਮੋਕਰੇਟਿਕ ਅਲਾਇੰਸ ਨਾਲ ਵੀ ਕੀਤੀਆਂ ਅਤੇ ਆਮ ਆਦਮੀ ਪਾਰਟੀ ਨਾਲ ਵੀ 5-6 ਮੀਟਿੰਗਾਂ ਕੀਤੀਆਂ, ਉਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਨ ਵਾਸਤੇ, ਜਿਹਦੇ ਵਿੱਚ ਪੰਜਾਬ ਡੈਮੋਕਰੇਟਿਕ ਅਲਾਇੰਸ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ,
ਕਿ ਸਾਰੇ ਜਣੇ ਇੱਕ ਮੰਚ 'ਤੇ ਇਕੱਠੇ ਹੋ। ਲੇਕਿਨ ਮੈਂ ਸਮਝਦਾ ਸਾਡੀ ਵੀ ਬਦਕਿਸਮਤੀ ਆ ਔਰ ਪੰਜਾਬ ਦੀ ਵੀ ਬਦਕਿਸਮਤੀ ਆ ਕਿ ਜੋ ਲੋਕ ਚਾਹੁੰਦੇ ਸੀ ਪੰਜਾਬ ਦੇ ਉਹ ਅਸੀਂ ਨਹੀਂ ਕਰ ਸਕੇ। ਬੜੀਆਂ ਸੁਹਿਰਦ ਕੋਸ਼ਿਸ਼ਾਂ ਕੀਤੀਆਂ ਨੇ ਲੇਕਿਨ ਉਹਦੇ ਵਿੱਚ ਅਸੀਂ ਕਾਮਯਾਬ ਨਹੀਂ ਹੋਏ ਅਤੇ ਹੁਣ ਅਸੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆਪਣੇ ਤੌਰ 'ਤੇ ਇਕੱਲਾ ਪੰਜਾਬ ਦੀ ਪੰਜਾਬ ਆਪਣੀ ਪਾਰਲੀਮੈਂਟ ਇਲੈਕਸ਼ਨ ਲੜੀ। ਕਿੰਨੇ ਕੈਂਡੀਡੇਟ ਬਣਾਉਂਦੇ ਜੀ ਪੰਜਾਬ? ਦੋ ਕੈਂਡੀਡੇਟ ਅਸੀਂ ਹੁਣ ਤੱਕ ਅਨਾਊਂਸ ਕੀਤੇ ਆ, ਦੂਸਰੇ ਇਸ ਕਰਕੇ ਅਨਾਊਂਸ ਨਹੀਂ ਕੀਤੇ ਕਿਉਂਕਿ ਸਾਡੀ ਗੱਲਬਾਤ ਚੱਲ ਰਹੀ ਸੀ। ਹੁਣ ਕਿਉਂਕਿ ਸਾਰਿਆਂ ਨਾਲ ਗੱਲ ਖਤਮ ਹੋ ਚੁੱਕੀ ਆ, ਥੋੜ੍ਹੇ ਦਿਨਾਂ ਤੱਕ ਅਸੀਂ ਪਾਰਟੀ ਮੀਟਿੰਗ ਕਰੇਗੀ ਹਾਈਕਮਾਂਡ, ਉਹਦੇ ਵਿੱਚ ਫੈਸਲਾ ਕਰਾਂਗੇ ਕਿ ਕਿੰਨੀਆਂ ਸੀਟਾਂ ਜਾਂਦੀਆਂ ਨੇ। ਸੇਵਾ ਸਿੰਘ ਸੇਖਵਾ ਨੇ ਕਿਹਾ ਕਿ ਅਕਾਲੀ ਦਲ ਡੇਰਿਆਂ ਦਾ ਸਹਾਰਾ ਲੈ ਕੇ ਰਾਜਨੀਤੀ ਕਰ ਰਿਹਾ ਹੈ। ਡੇੜਾ ਗਰਕ ਕਿਉਂ ਹੋਇਆ ਅਕਾਲੀ ਦਲ ਦਾ? ਇਹ ਸੁਖਬੀਰ ਦੇ ਇਹਨਾਂ ਕਾਰਨਾਮਿਆਂ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਹੋਇਆ। ਉਹ ਅੱਜ ਵੀ ਇਸ ਆਸ ਵਿੱਚ ਆ ਕਿ ਮੈਂ ਜਿਹੜਾ ਬਲਾਤਕਾਰੀ ਸੌਦਾ ਸਾਧ ਆ ਉਹਦੇ ਡੇਰੇ ਦੀ ਮੱਤ ਅੱਜ ਵੀ ਲੈਣ ਨੂੰ ਤਿਆਰ ਨਹੀਂ। ਮੈਨੂੰ ਇਹ ਅਤਲਾਵਾਂ ਨੇ ਕਿ ਮਾਲਵੇ ਵਿੱਚ ਜਿੰਨੀਆਂ ਵੀ ਉਹਨਾਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਉਹ ਸੌਦੇ ਸਾਧ ਦੇ ਜਿਹੜੇ ਪ੍ਰੇਮੀ ਆ ਉਹ ਉਹਨਾਂ ਮੀਟਿੰਗਾਂ 'ਚ ਸ਼ਾਮਿਲ ਹੋ ਰਹੇ ਆ ਔਰ ਉਹਦੀ ਟੇਕ ਹੀ ਉਹਨਾਂ ਵੋਟਾਂ 'ਤੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।